ਸਭ ਨੂੰ ਪਤਾ ਹੀ ਹੈ ਕਿ ਕਰੋਨਾ ਜੀ ਭਿਆਨਕ ਬਿਮਾਰੀ ਪੂਰੇ ਸੰਸਾਰ ਵਿੱਚ ਪਾਣੀ ਵਾਂਗੂ ਫੈਲ ਚੁੱਕੀ ਹੈ। ਇਸ ਦੇ ਮੱਦੇਨਜ਼ਰ ਸਫਾਈ ਕਰਮਚਾਰੀਆਂ ਦੀਆਂ ਜਿੱਥੇ ਬਾਕੀ ਧਾਰਮਿਕ ਸੰਸਥਾਵਾਂ ਵੱਲੋਂ ਇਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ, ਪਰ ਇਹਨਾਂ ਦੀ ਮਹਿਕਮੇ ਵੱਲੋਂ ਇਹਨਾਂ ਨਾਲ ਕਿੱਦਾਂ ਦਾ ਵਿਹਾਰ ਕੀਤਾ ਜਾ ਰਿਹਾ, ਆਓ ਇਹਨਾਂ ਦੇ ਮੂੰਹ ਆਪਾਂ ਜ਼ੁਬਾਨੀ ਹੀ ਸੁਣਦੇ ਹਾਂ। ਮੇਰੇ ਨਾਲ ਹੁਣ ਸਫਾਈ ਸੇਵਕ ਕਰਮਚਾਰੀ ਦੇ ਯੂਨੀਅਨ ਦੇ ਜੋ ਪ੍ਰਧਾਨ ਨੇ। ਹਾਂਜੀ, ਨਾਮ ਕੀ ਹੈ ਜੀ ਤੁਹਾਡਾ? ਸਰ ਰਾਜਗਿਰ ਸਰ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਸ ਗੱਲ ਦੀ ਬੇਨਤੀ ਕਰਦੇ ਹਾਂ ਜੀ ਕਿ ਜੋ ਇਹਨਾਂ ਦਾ ਮੁਆਵਜ਼ਾ ਬਣਦਾ ਵੀ ਕਿੱਟਾਂ ਦਾ ਜਾਂ ਗਲਵਸ ਇਹਨਾਂ ਨੂੰ ਉਹ ਦਿੱਤੇ ਜਾਣ, ਜੋ ਬਣਦਾ ਜੋ ਰਾਸ਼ਨ ਦਿੱਤਾ ਜਾਂਦਾ ਸਰਕਾਰ ਵੱਲੋਂ, ਰਿਸਾ ਵੱਲੋਂ, ਕਮੇਟੀ ਘਰ ਵੱਲੋਂ, ਉਹ ਇਹਨਾਂ ਨੂੰ ਦਿੱਤਾ ਜਾਵੇ ਅਤੇ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਇਹਨਾਂ ਦੀ ਕਿ ਸਭ ਤੋਂ ਵੱਡਾ ਕਰੋਨਾ ਤਾਂ ਇਹ ਲਈ ਫਿਰਦੇ ਨੇ ਆਪਣੇ ਨਾਲ। ਜਦੋਂ ਦਾ ਲੋਕਡਾਊਨ ਚੱਲ ਰਿਹਾ, ਤੁਹਾਨੂੰ ਕੋਈ ਵੀ ਪੀਪੀ ਕਿੱਟਾਂ ਜਾਂ ਦਸਤਾਨੇ ਕੁਛ ਨਹੀਂ ਮਿਲਿਆ ਸਰ, ਜਾਂ ਕੋਈ ਆਪਣੇ ਮਾਸਕ ਵਗੈਰਾ ਕੋਈ ਅਵੇਲੇਬਲ ਨਹੀਂ ਕਰਵਾਏ ਜੀ? ਇਹਨਾਂ ਤੱਕ ਕੋਈ ਨਹੀਂ ਪਹੁੰਚਿਆ ਜੀ, ਪਿੱਛੋਂ ਜੇ ਗੌਰਮੈਂਟ ਦੇ ਰਹੀ ਹੈ, ਇਹਨਾਂ ਤੱਕ ਕੋਈ ਨਹੀਂ ਪਹੁੰਚਿਆ ਜੀ। 18 ਦਿਨ ਹੋ ਗਏ ਨੇ, ਆਪਣੇ ਪੱਲੇ ਦੇ ਨਾਲ ਹੀ ਆ ਕੋਈ ਲੈ ਲੈਂਦੇ ਨੇ ਅਤੇ ਨਹੀਂ ਤਾਂ ਰੁਮਾਲ ਬੰਨੀ ਫਿਰਦੇ ਨੇ। ਸਭ ਤੋਂ ਵੱਡਾ ਕਿ ਕਰੋਨਾ ਇਹ ਨਾਮ ਕੀ ਹੈ ਜੀ? ਮੇਰਾ ਨਾਮ ਰਾਜਗਿਲ ਸਰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਹਾਂ ਜੀ, ਇੱਕ ਤਾਂ ਇਹਨਾਂ ਨੂੰ ਗਲਵਸ ਦਿੱਤੇ ਜਾਣ, ਜੋ ਬਣਦੀ ਕਿੱਟ ਉਹ ਅੱਗੇ ਪਹੁੰਚਾਈ ਜਾਵੇ ਇਹਨਾਂ ਕੋਲ, ਇਕੱਲੇ ਇਕੱਲੇ ਕੋਲੇ, ਕਿਉਂਕਿ ਕਰੋਨਾ 'ਚ ਲੱਗੇ ਫਿਰਦੇ ਨੇ, ਘੁਲਦੇ ਫਿਰਦੇ ਨੇ ਵਿਚਾਰੇ, ਇਹੋ ਮਿਹਰਬਾਨੀ ਹੈ ਇਹਨਾਂ। ਕੀ ਆਪਣਾ? ਮੇਰਾ ਨਾਮ ਜੀ ਸੁੱਖਾ ਜੀ। ਕੀ ਕੰਮ ਕਰਦੇ ਹੋ? ਕਮੇਟੀ ਘਰ ਦੇ ਵਿੱਚ ਕੰਮ ਕਰਦੇ ਜੀ, ਪ੍ਰਾਈਵੇਟ ਜੀ, ਕੂੜੇ ਦਾ ਜੀ। ਹਾਂਜੀ, ਅਤੇ ਸਰ 18 ਦਿਨ ਤੋਂ ਚੱਲ ਰਿਹਾ ਕੰਮ ਇਹ ਕਿ ਕਰੋਨਾ ਵਾਇਰਸ ਦਾ ਬਿਮਾਰੀ ਦਾ, ਕਿ ਜੋ ਕਿ ਅਸੀਂ ਆਪ ਘਰਾਂ ਦੇ ਵਿੱਚੋਂ ਕੂੜਾ ਲੈਣ ਜਾਂਦੇ ਹਾਂ, ਕਿ ਨਾ ਕੋਈ ਸਾਨੂੰ ਮੈਡੀਕਲ ਕਿੱਟ ਮਿਲੀ, ਨਾ ਕੋਈ ਸਾਨੂੰ ਕਿਸੇ ਸਰਕਾਰ ਵੱਲੋਂ ਵੀ ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਿਆ, ਤਾਂ ਕਿ ਫਿਲਹਾਲ ਕਿ ਇੱਥੋਂ ਤੱਕ ਕਿ ਜੋ ਵੀ ਅਸੀਂ ਖਾ ਰਹੇ ਸੀ ਆਪਦਾ ਖਾ ਰਹੇ ਹਾਂ, ਕਿਸੇ ਸਰਕਾਰ ਨੇ ਨਹੀਂ ਸਾਨੂੰ ਕੁਛ ਦਿੱਤਾ, ਕਿਸੇ ਨੇ ਕੁਛ ਨਹੀਂ ਦਿੱਤਾ ਸਾਨੂੰ ਹੈਗਾ, ਕਿ ਹਾਲੇ ਫਿਲਹਾਲ ਕਿ ਕਮੇਟੀ ਘਰ ਦੇ ਵਿੱਚ ਰਾਸ਼ਨ ਆਇਆ ਵੀ ਸੀ, ਆਉਣ ਦੇ ਬਾਵਜੂਦ ਵੀ ਸਾਨੂੰ ਕੁਛ ਨਹੀਂ ਮਿਲਿਆ। ਸਾਡੀ ਸਰਕਾਰ ਅੱਗੇ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਕਿ ਸਰਕਾਰ ਵੱਲੋਂ ਜੋ ਵੀ ਆਈਆਂ ਸਹੂਲਤਾਂ ਸਾਨੂੰ ਦਿੱਤੀਆਂ ਜਾਣ, ਮੈਡੀਕਲ ਕਿੱਟ ਦਿੱਤੀ ਜਾਵੇ, ਸਾਡੀ ਮੈਡੀਕਲ ਕਿੱਟ ਜਾਂਚ ਕੀਤੀ ਜਾਵੇ, ਸਾਡੇ ਟੈਸਟ ਕੀਤੇ ਜਾਣ। ਹਾਂ, ਕਿ ਅਸੀਂ ਕੂੜੇ ਦੇ ਵਿੱਚ ਬਿਮਾਰੀ ਨਾਲ ਲੜ ਰਹੇ ਹਾਂ, ਕਰੋਨਾ ਵਾਇਰਸ ਲੋਕਾਂ ਦੇ ਘਰਾਂ ਵਿੱਚੋਂ ਚੱਕ ਰਹੇ ਹਾਂ ਅਸੀਂ ਵੀ, ਕਿ ਇਹ ਤਾਂ ਕਮੇਟੀ ਘਰ ਜਿਹੜੇ ਪੱਕੇ ਮੁਲਾਜ਼ਮ ਨੇ, ਗਲਵਸ ਪਾਏ ਨੇ, ਸ਼ਰਟਾਂ ਪਾਈਆਂ, ਪੈਂਟਾਂ ਪਾਈਆਂ ਫਿਰਦੇ ਨੇ, ਕਿ ਅਸਲ ਮੁਲਾਜ਼ਮ ਤਾਂ ਅਸੀਂ ਹਾਂ ਜਿਹੜੇ ਕਿ ਘਰਾਂ ਦੇ ਵਿੱਚ ਕੂੜਾ ਲੈ ਕੇ ਜਾ ਰਹੇ ਹਾਂ। 9 ਵਜੇ ਚਲੇ ਜਾਂਦੇ, 9 ਵਜੇ ਤੋਂ ਬਾਅਦ ਕੋਈ ਆਉਂਦਾ ਨਹੀਂ ਤਾ, ਉਦੋਂ ਬਾਅਦ ਮੁਲਾਜ਼ਮ ਅਸੀਂ ਰਹਿ ਜਾਂਦੇ ਹਾਂ, ਕਿ ਇਹ ਫ੍ਰੀ ਦੀਆਂ ਤਨਖਾਹਾਂ, ਕੋਈ ਸਾਨੂੰ ਕਮੇਟੀ ਤਨਖਾਹ ਨਹੀਂ ਦੇ ਰਹੀ, ਕਿ ਸਾਡੀ ਇਹੀ ਬੇਨਤੀ ਕੀਤੀ ਜਾਂਦੀ ਸਾਡੀ। ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਸੈਲਰੀ ਨਹੀਂ ਮਿਲੀ? ਸੈਲਰੀ ਸਰ ਸਾਨੂੰ ਕਮੇਟੀ ਨਹੀਂ ਦੇ ਰਹੀ, ਸੈਲਰੀ ਅਸੀਂ ਘਰਾਂ ਵਾਲਿਆਂ ਤੋਂ ਹੀ ਲੈ ਰਹੇ ਹਾਂ, ਕਿ 5 ਸਾਲ ਦਾ ਕੰਮ ਤਾਂ ਸਾਡਾ ਚੱਲਦਾ ਪਿਆ, 5 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ, ਜੋ ਵੀ ਸੈਲਰੀ ਮੈਨੂੰ ਮਿਲ ਰਹੀ ਕਿ ਖੁਦ ਘਰ ਇੱਕ ਸਿੰਗਲ ਘਰ ਤੋਂ ਲੈ ਰਹੇ ਸੀ, ਕਿ ਕਮੇਟੀ ਵੱਲੋਂ ਕੋਈ ਸੈਲਰੀ ਨਹੀਂ ਦਿੱਤੀ ਜਾ ਰਹੀ ਸਾਨੂੰ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਾਡੀ ਮੰਗ ਪ੍ਰਸ਼ਾਸਨ ਅੱਗੇ ਇਹੀ ਹੈ ਸਰ ਕਿ ਸਾਡੀ ਤਨਖਾਹ ਬੰਨੀ ਜਾਵੇ, ਸਾਨੂੰ ਕੱਚਿਆਂ ਤੋਂ ਪੱਕੇ ਕੀਤੇ ਜਾਣ, ਬਾਕੀ ਜਿਸ ਤਰ੍ਹਾਂ ਜ਼ਿਲ੍ਹਿਆਂ 'ਚ ਹੋ ਚੁੱਕਾ ਉਸ ਜ਼ਿਲ੍ਹੇ 'ਚ ਸਾਡੇ ਨਾਲ ਵਰਤਾਵ ਕੀਤਾ ਜਾਵੇ, ਬਸ ਇੰਨੀ ਕੁ ਬੇਨਤੀ ਹੈ ਸਰ ਸਾਡੀ। ਕੀ ਨਾਮ ਕੀ ਹੈ ਜੀ ਆਪਣਾ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹੀ ਕਹਿੰਦੇ ਹਾਂ ਮਹਾਰਾਜ ਜੀ, ਸਾਨੂੰ ਕਈਆਂ ਨੂੰ ਗਲਵਸ ਵਗੈਰਾ ਜਾਂ ਮਾਸਕ ਦਿੱਤੇ ਆ, ਕੋਈ 6-6 ਮਹੀਨੇ ਪਹਿਲਾਂ ਆਉਣ ਦਿੱਤੇ ਆ, ਹੁਣ ਕਈਆਂ ਨੇ, ਮੈਂ ਤਾਂ ਆਪਦੇ ਮੁੱਲ ਦੇ ਹੀ ਲੈ ਕੇ ਪਾ ਰਿਹਾ, ਤੇ ਅਜਸਥਾਨੇ ਵੇਖੋ ਇਹ ਕਿਹੜੇ ਘਰ ਨੇ ਦਿੱਤੇ ਆ, ਉਹ ਪਾਏ ਆ, ਕੋਈ ਸਹੂਲਤ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਕਹਿ ਛੱਡਦੇ ਨੇ ਅਸੀਂ ਫਲਾਣਾ ਕਰਦੇ, ਢਿਮਕਾ ਕਰਦੇ, ਕੁਛ ਨਹੀਂ ਸਾਡੇ ਬਾਰੇ ਸੋਚ ਰਹੇ, ਜਿਹਨਾਂ ਨੂੰ ਜਿਹੜੇ ਪੱਕੀ ਤਨਖਾਹ ਰਹੇ ਆ ਉਹ ਆਪਦੇ ਲੈ ਰਹੇ ਨੇ ਸਭ ਕੁਛ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਮਹਾਰਾਜ ਜੀ, ਸਾਨੂੰ ਜਿਹੜੀ ਵੀ ਸਹੂਲਤਾਂ ਆਈਆਂ ਸਾਨੂੰ ਦਿੱਤੀਆਂ ਜਾਣ, ਕਿ ਸਾਡੇ ਬਾਰੇ ਕੁਛ ਸੋਚੋ, ਨਹੀਂ ਤਾਂ ਅਸੀਂ ਕੁਛ ਨਹੀਂ ਆ। ਮੇਰੇ ਵੱਲ ਵੇਖੋ, ਪਹਿਲਾਂ ਮੈਂ ਹੈਂਡੀਕੈਪਟ ਬੰਦਾ, ਜਿਵੇਂ ਅਸੀਂ ਘਰਾਂ ਦੇ ਵਿੱਚੋਂ ਕੂੜਾ ਚੱਕ ਚੱਕ ਕੇ ਬਾਹਰ ਲਿਆਈਦਾ, ਅਤੇ ਫਿਰ ਉਹ ਕੂੜਾ ਚੱਕ ਲੈ ਜਾਂਦੇ ਨੇ, ਅਤੇ ਸਾਨੂੰ ਟਰਾਲੀ ਵੀ ਇੱਕ ਦਿੱਤੀ ਜਾਂਦੀ ਆ, ਵੀ ਜਿਹਦੇ ਨਾਲ ਅਸੀਂ ਖਰਾਬ ਬੜਾ ਅਸੀਂ ਤਾਂ ਖੱਜਲ ਖੁਆਰ, ਅਤੇ 11 ਵਜੇ ਟਰਾਲੀ ਇੱਕ ਲਿਆਉਂਦੇ ਨੇ, ਉਹ ਵੀ 11-12 ਵਜੇ ਟਰਾਲੀ ਖੜਾ ਕੇ ਸਿਰਾਣੇ,
ਤੇ ਘਰਾਂ ਦਾ ਕੂੜਾ ਸਾਡਾ ਇੱਕ ਵਾਰੀ ਨਿਬੜਦਾ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਾਡੇ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਜੋ ਸਾਡੇ ਲਾਇਕ ਦੀਆਂ ਹੈਗੀਆਂ ਨੇ। ਜਿੰਨੀਆਂ ਵੀ ਸਹੂਲਤਾਂ ਆਉਂਦੀਆਂ ਨੇ ਪਿੱਛੋਂ ਸਾਨੂੰ ਦਿੱਤੀਆਂ ਜਾਣ, ਸਾਡੇ ਤੱਕ ਪਹੁੰਚਦੀਆਂ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।